ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦਿਨ ਹੈਗਾ ਜੀ ਅੱਜ ਐਤਵਾਰ, ਟਾਈਮ ਹੋ ਗਿਆ ਸਵੇਰ ਦਾ ਇੱਥੇ 6 ਵਜੇ ਦਾ, ਅਤੇ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ ਜੀ। ਅਤੇ ਹਾਂਜੀ, ਤੁਸੀਂ ਪੂਰਾ ਵਲੌਗ ਜ਼ਰੂਰ ਦੇਖੋਗੇ, ਦੇਖਣ ਤੋਂ ਬਾਅਦ ਲਾਈਕ ਕਰੋਗੇ, ਸ਼ੇਅਰ ਕਰੋਗੇ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ। ਅਤੇ ਹਾਂਜੀ, ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ, ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ। ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ, ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਅਤੇ ਆਪਣੇ 1000 ਸਬਸਕ੍ਰਾਈਬਰ ਹੋਣ ਦੇ ਵਿੱਚ ਹੈਲਪ ਕੀਤੀ, ਬਹੁਤ ਬਹੁਤ ਥੈਂਕ ਯੂ ਜੀ। ਅਤੇ ਆਸ਼ਾ ਕਰਦੀ ਹਾਂ ਤੁਸੀਂ ਅੱਗੇ ਵੀ ਆਪਣੀ ਐਂ ਹੈਲਪ ਕਰਦੇ ਰਹੋਗੇ ਜੀ। ਅਤੇ ਹਾਂਜੀ, ਲਓ ਜੀ, ਸਵੇਰ ਦਾ ਟਾਈਮ ਹੋ ਗਿਆ, ਅੱਜ ਸਵੇਰੇ ਸਵੇਰੇ ਹੀ ਮੈਂ ਲਾਉਣ ਲੱਗ ਗਈ ਸੀਗੀ ਪੋਚਾ, ਅਤੇ ਇੱਥੇ ਚੌਂਕੇ ਦੇ ਵਿੱਚ ਲਾ ਰਹੀ ਹਾਂ ਕਿਉਂਕਿ ਬਹੁਤ ਦਿਨ ਹੋ ਗਏ ਹੁਣ ਜਿਵੇਂ ਕਿ ਪਾਣੀ ਨਹੀਂ ਆ ਰਿਹਾ ਹੈਗਾ, ਕਿਉਂਕਿ ਪਾਣੀ ਦੀ ਬਹੁਤ ਸ਼ੋਰਟੇਜ ਚੱਲ ਰਹੀ ਆ। ਅਤੇ ਜਿਹੜੇ ਵਾਟਰ ਵਰਕਸ ਵਾਲੇ ਇੰਚਾਰਜ ਹੈ ਉਹ ਸਭ ਬੈਠੇ ਹੋਏ ਆ ਹੜਤਾਲ 'ਤੇ, ਅਤੇ ਇਸ ਕਰਕੇ ਆਪਣੇ ਪਾਣੀ ਬਹੁਤ ਘੱਟ ਆ ਰਿਹਾ, ਅਤੇ ਮੈਂ ਕਈ ਦਿਨਾਂ ਬਾਅਦ ਅੱਜ ਪੋਚਾ ਲਾ ਰਹੀ ਹਾਂ। ਅਤੇ ਇਹ ਵੀ ਹੁਣ ਜਿਹੜੇ ਮੈਂ ਭਾਂਡੇ ਸਾਫ਼ ਕਰਦੀ ਹਾਂ, ਇਹ ਪੋਚੇ ਇਹ ਪਾਣੀ ਦਾ ਵੀ ਬਹੁਤ ਯੂਜ਼ ਕਰਨਾ ਆ, ਕਿਉਂਕਿ ਇਹ ਪਾਣੀ ਦਾ ਪਹਿਲਾਂ ਮੈਂ ਲਾਊਂਗੀ ਪੋਚਾ, ਅਤੇ ਕਿਉਂਕਿ ਹਜੇ ਸਟੋਰ 'ਤੇ ਰਸੋਈ ਦੇ ਵਿੱਚ ਰਹਿੰਦਾ, ਚੌਂਕੇ ਦੇ ਵਿੱਚ ਮੈਂ ਲਾ ਲਿਆ, ਅਤੇ ਉਸ ਤੋਂ ਬਾਅਦ ਇਹੀ ਪਾਣੀ ਮੈਂ ਪਾਊਂਗੀ ਗਮਲਿਆਂ ਦੇ ਵਿੱਚ। ਇਸ ਤਰ੍ਹਾਂ ਸਾਨੂੰ ਪਾਣੀ ਜਿਹੜਾ ਆ ਵਰਤਣਾ ਪੈਂਦਾ ਆ, ਨਹੀਂ ਤਾਂ ਸਾਡੇ ਘਰ ਪਾਣੀ ਦੀ ਬਹੁਤ ਕਮੀ ਆ ਜਾਂਦੀ ਆ। ਅਤੇ ਇੱਥੇ ਮੈਂ ਵੀ ਪੋਚਾ ਲਾਉਣ ਤੋਂ ਬਾਅਦ ਮੈਂ ਭਾਂਡੇ ਸਾਫ਼ ਕੀਤੇ, ਪਹਿਲਾਂ ਮੈਂ ਕੱਢ ਲਈ ਸੀ ਧਾਰ ਵਗੈਰਾ, ਸਾਰਾ ਕੰਮ ਦੁੱਧ ਵਗੈਰਾ ਸਾਂਭਣ ਵਾਲਾ ਉਹ ਕਰ ਲਿਆ ਸੀਗਾ, ਅਤੇ ਘਿਓ ਵਗੈਰਾ ਕੱਢਣਾ ਸੀਗਾ ਉਹ ਕੱਢ ਲਿਆ ਸੀਗਾ, ਕਿਉਂਕਿ ਲੱਸੀ ਵਗੈਰਾ ਫਿਰ ਐਂ ਵੀ ਮਿੱਠੀ ਲੱਸੀ ਪੀਂਦੀ ਗਰਮੀ ਹੈਗੀ ਆ, ਅਤੇ ਇਸ ਕਰਕੇ ਮੈਂ ਉਹ ਕੰਮ ਕਰ ਲਿਆ। ਹੁਣ ਮੈਂ ਲੱਗੀ ਸੀਗੀ ਇੱਥੇ ਭਾਂਡੇ ਧੋਣ ਵਾਸਤੇ, ਅਤੇ ਫਿਰ ਮੈਂ ਕਿਹਾ ਇਹ ਜਿਹੜਾ ਪਾਣੀ ਬਚੂਗਾ ਫਿਰ ਇਸ ਤੋਂ ਬਾਅਦ ਮੈਂ ਲਾ ਲੂੰਗੀ ਸਟੋਰ ਦੇ ਵਿੱਚ ਪੋਚਾ ਅਤੇ ਰਸੋਈ ਦੇ ਵਿੱਚ ਪੋਚਾ। ਅਤੇ ਬਾਕੀ ਰੂਮਸ ਵਗੈਰਾ ਦੇ ਵਿੱਚ ਤਾਂ ਬਹੁਤ ਦਿਨ ਹੋ ਗਏ, ਉਹੀ ਹੈ ਵੀ ਪਾਣੀ ਦੀ ਸ਼ੋਰਟੇਜ ਕਰਕੇ ਲਾਈਦਾ ਹੀ ਨਹੀਂ, ਫਿਰ ਝਾੜੂ ਕੱਢ ਦੇਈਦਾ ਆ, ਫਿਰ ਇਹ ਹੁੰਦਾ ਵੀ ਪਾਣੀ ਜੇ ਮੁੱਕ ਗਿਆ ਫਿਰ ਔਖਾ ਹੋ ਜੂਗਾ, ਕਿਉਂਕਿ ਫਿਰ ਟੈਂਕਰਾਂ ਨਾਲ ਪਾਉਣਾ ਪੈਂਦਾ ਆ। ਅਤੇ ਇਸ ਕਰਕੇ ਵੀ ਜਿੱਦਾਂ ਕਈ ਦਿਨ ਤਾਂ ਚਲੋ ਮੀਂਹ ਦੇ ਪਾਣੀ ਨਾਲ ਹੀ ਸਫਾਈ ਹੋ ਗਈ ਸੀਗੀ, ਅਤੇ ਜਿਵੇਂ ਵਾਸ਼ਰੂਮ ਵਗੈਰਾ ਇਹ ਧੋਣੇ 'ਚ ਬਹੁਤ ਜ਼ਰੂਰੀ ਹੋ ਜਾਂਦੇ ਆ, ਹੈ ਨਾ। ਚਲੋ ਕਮਰਿਆਂ ਦੇ ਵਿੱਚ ਤਾਂ ਇੰਨਾ ਖਲਾਰਾ ਪੈਂਦਾ ਵੀ ਨਹੀਂ ਗਾ, ਫਿਰ ਉਹੀ ਆ ਵੀ ਪਾਣੀ ਦਾ ਵੀ ਧਿਆਨ ਰੱਖਣਾ ਪੈਂਦਾ ਆ, ਵੀ ਘਰ ਮੁੱਕ ਗਿਆ ਤਾਂ ਫਿਰ ਬਹੁਤ ਔਖਾ ਹੋ ਜਾਂਦਾ, ਕਿਉਂਕਿ ਗਰਮੀ ਦਾ ਟਾਈਮ ਹੈ। ਅਤੇ ਲਓ ਜੀ, ਇੱਥੇ ਮੈਂ ਆਟਾ ਗੁੰਨਣ ਲੱਗੀ ਸੀਗੀ, ਅਤੇ ਫਿਰ ਮੈਂ ਜਦੋਂ ਆਟਾ ਗੁੰਨਣ ਲੱਗਦੀ ਹੁੰਦੀ ਹਾਂ ਮੈਂ ਡੇਲੀ ਇੱਥੇ ਅਚਾਰ ਹਿਲਾ ਦਿੰਦੀ ਹੁੰਦੀ ਹਾਂ, ਕਿਉਂਕਿ ਆਪਾਂ ਜੇ ਨਾ ਹਿਲਾਈਏ ਅਚਾਰ ਤਾਂ ਫਿਰ ਖਰਾਬ ਹੋਣ ਦੇ ਆਸਾਰ ਰਹਿੰਦੇ ਆ। ਇਸ ਕਰਕੇ, ਕਿਉਂਕਿ ਇਹਦੇ ਵਿੱਚ ਆਪਾਂ ਜ਼ਿਆਦਾ ਤੇਲ ਵੀ ਨਹੀਂ ਪਾਇਆ ਹੋਇਆ ਨਾ, ਆ ਤੇਲ ਜਾਂ ਬਸ ਮਸਲ ਕੇ ਪਾਇਆ ਹੋਇਆ, ਅਤੇ ਦੇਖੋ ਜੀ ਅਚਾਰ ਹਿਲਾ ਦੇਈਦਾ ਤਾਂ ਵਧੀਆ ਪਿਆ ਆ, ਅਤੇ ਅਚਾਰ ਬਣਿਆ ਬਹੁਤ ਸਵਾਦ ਅਤੇ ਖੁਸ਼ਬੂ ਬੜੀ ਵਧੀਆ ਆਉਂਦੀ ਹੈ, ਸਾਰੇ ਬੜੇ ਸ਼ੌਂਕ ਨਾਲ ਖਾਂਦੇ ਆ। ਅਤੇ ਇਹ ਮੈਂ ਹੁਣ ਲੱਗੀ ਸੀ ਆਟਾ ਗੁੰਨਣ ਵਾਸਤੇ, ਅਤੇ ਅਸੀਂ ਨਾ ਵੀ ਸਟੀਲ ਦੀ ਪਰਾਤ 'ਚ ਹੀ ਗੁੰਨੀ ਦਾ, ਵੈਸੇ ਤਾਂ ਚਲੋ ਵੀ ਪਿੱਤਲ ਦੀ ਪਰਾਤ ਵਧੀਆ ਹੁੰਦੀ ਆ, ਪਰ ਜਿਹੜੀ ਸਾਡੀ ਪਿੱਤਲ ਦੀ ਪਰਾਤ ਛੋਟੀ ਸੀਗੀ ਉਹ ਘਸ ਕੇ ਟੁੱਟ ਗਈ ਸੀਗੀ, ਅਤੇ ਫਿਰ ਉਹ ਆਹ ਸਟੀਲ ਵਾਲੀ ਪਰਾਤ ਮੇਰੀ ਪਈ ਸੀਗੀ, ਮੈਂ ਆਹ ਲਾ ਲਈ, ਦੂਜੀ ਜਿਹੜੀ ਆ ਉਹ ਬਹੁਤ ਵੱਡੀ ਆ, ਫਿਰ ਵੱਡੀ ਦੇ ਵਿੱਚ ਇੰਨੀ ਦੇ ਵਿੱਚ ਆਟਾ ਗੁੰਨਣਾ ਅਤੇ ਵੀ ਬਹੁਤ ਔਖਾ ਜਿਹਾ ਲੱਗਦਾ ਨਾ ਜ਼ਿਆਦਾ ਵੱਡੀ ਪਰਾਤ ਦੇ ਵਿੱਚ, ਅਤੇ ਇਸ ਕਰਕੇ ਆਹੀ ਪਰਾਤ ਲਾ ਲਈ। ਵੈਸੇ ਤਾਂ ਚਲੋ ਵੀ ਪਿੱਤਲ ਦੀ ਪਰਾਤ ਵਿੱਚ ਵਧੀਆ ਹੁੰਦਾ, ਹੈ ਨਾ, ਵੀ ਕਿੰਨੀਆਂ ਬਿਮਾਰੀਆਂ ਜਿਹੜੀਆਂ ਆਪਾਂ ਨੂੰ ਸਟੀਲ ਦੇ ਭਾਂਡਿਆਂ ਤੋਂ ਲੱਗ ਰਹੀਆਂ ਆ,
ਅਤੇ ਪਰ ਹੁਣ ਇਹ ਹੋ ਗਿਆ ਵੀ ਸਾਰੇ ਹੁਣ ਜਿਵੇਂ ਸਟੀਲ ਦੇ ਟਰੈਂਡ ਜਿਹਾ ਚੱਲ ਪਿਆ, ਅਤੇ ਦੂਸਰਾ ਇਹ ਕਿ ਪਿੱਤਲ ਦੇ ਭਾਂਡੇ ਕਲੀ ਕਰਾਉਣ ਵਾਲੇ ਹੀ ਨਹੀਂ ਲੱਭਦੇ ਹੁਣ ਤਾਂ, ਅੱਗੇ ਤਾਂ ਮੰਡੀਆਂ ਦੇ ਵਿੱਚ ਆਮ ਹੀ ਬੈਠੇ ਹੁੰਦੇ ਸੀਗੇ, ਹੁਣ ਤਾਂ ਅਸੀਂ ਇੱਕ ਦੋ ਵਾਰੀ ਪੁੱਛਿਆ ਬਸ ਉਹ ਕਹਿੰਦੇ ਵੀ ਕਿਤੋਂ ਇੱਕ ਦਿਨ ਆਉਂਦਾ ਹੈ, ਅਤੇ ਉਹ ਵੀ ਟਾਈਮ ਦਾ ਫਿਕਸ ਨਹੀਂ ਗਾ, ਬਸ ਇਸ ਕਰਕੇ ਪਿੱਤਲ ਦੇ ਭਾਂਡੇ ਹੁਣ ਇੰਨੇ ਯੂਜ਼ ਹੀ ਨਹੀਂ ਕਰੀਦੇ ਗੇ, ਬਸ ਇਹ ਕਰਨੇ ਚਾਹੀਦੇ ਆ। ਅਤੇ ਆਹ ਲਓ ਜੀ ਦੁਪਹਿਰ ਖੜੀ, ਦੇਖੋ ਕਿੰਨੇ ਸੋਹਣੇ ਫੁੱਲ ਖਿੜ ਗਏ ਆ, ਅਤੇ ਮੈਂ ਇੱਥੇ ਝਾੜੂ ਕੱਢ ਰਹੀ ਸੀਗੀ ਅਤੇ ਮੈਂ ਬੜਾ ਕੋਲੇ ਖੜ ਕੇ ਇਸ ਨੂੰ ਦੇਖ ਰਹੀ ਸੀਗੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਅਤੇ ਇਸ ਜਿਹੜੀ ਦੂਸਰੀ ਹੈ ਇਸ ਨੂੰ ਸਿਰਫ ਹਜੇ ਚਿੱਟੇ ਖਿੜ ਰਹੇ ਆ, ਅਤੇ ਇੱਥੇ ਧੁੱਪ ਬਹੁਤ ਚੜ ਗਈ ਸੀਗੀ। ਮੈਂ ਸਾਰਾ ਕੰਮ ਬਾਕੀ ਦਾ ਨਿਬੇੜ ਲਿਆ ਸੀਗਾ, ਰਹਿ ਗਏ ਸੀਗੇ ਰੋਟੀ ਵਾਲੇ ਭਾਂਡੇ ਸਾਫ਼ ਕਰਨ ਵਾਲੇ, ਮੈਂ ਕਿਹਾ ਚਲੋ ਉਹ ਤਾਂ ਉੱਥੇ ਕਿਚਨ ਦੇ ਵਿੱਚ ਪੱਖਾ ਲਾ ਕੇ ਹੀ ਸਾਫ਼ ਕਰਨੇ ਹੁੰਦੇ, ਪਹਿਲਾਂ ਇੱਥੇ ਸਫਾਈ ਰਹਿ ਗਈ ਸੀਗੀ ਇਹ ਕਰ ਲਾਂ, ਕਿਉਂਕਿ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ। ਅਤੇ ਇੱਥੇ ਵੀ ਮੈਂ ਹੁਣ ਕੂਲਰ ਚਲਾ ਕੇ ਫਿਰ ਕਰ ਰਹੀ ਸੀ, ਕੱਢ ਰਹੀ ਸੀ ਝਾੜੂ, ਕਿਉਂਕਿ ਗਰਮੀ ਬਹੁਤ ਲੱਗ ਰਹੀ ਸੀਗੀ, ਪਰ ਫਿਰ ਜਦੋਂ ਮੈਂ ਥੋੜ੍ਹਾ ਜਿਹਾ ਕੱਢਿਆ ਤਾਂ ਲਾਈਟ ਚੱਲੇ ਗਈ, ਕੂਲਰ ਵੀ ਬੰਦ ਹੋ ਗਿਆ, ਫਿਰ ਮੈਂ ਕਿਹਾ ਹੁਣ ਵਿਚਾਲੇ ਕੂੜਾ ਤਾਂ ਕੀ ਛੱਡਣਾ, ਸਾਫ਼ ਤਾਂ ਕਰਨਾ ਹੀ ਪੈਣਾ ਆ। ਅਤੇ ਇੱਧਰ ਦੇਖੋ ਜੀ ਧੁੱਪ ਕਿੰਨੀ ਹੋ ਗਈ ਆ, ਅਤੇ ਧੁੱਪ ਵੀ ਹੈ ਜੀ ਇੰਨੀ ਚੁੱਭਦੀ ਬਹੁਤ ਜ਼ਿਆਦਾ। ਇੱਥੇ ਜੀ ਆਪਣਾ ਟਾਈਮ ਹੋ ਗਿਆ ਸੀਗਾ 4 ਵਜੇ ਦਾ, ਚਾਹ ਪਾਣੀ ਸਭ ਨੇ ਪੀ ਲਿਆ ਸੀਗਾ, ਮੈਂ ਦਾਲ ਵਗੈਰਾ ਵੀ ਬਣਾ ਆਈ ਸੀਗੀ, ਦਾਲ ਅੱਜ ਬਣਾਈ ਸੀ ਸਾਬਤ ਮੂੰਗੀ ਦੀ, ਅਤੇ ਉਹ ਧਰੇ ਆਈ ਸੀਗੀ, ਬਾਕੀ ਸਾਰੇ ਕੰਮ ਕਰ ਆਈ ਸੀਗੀ। ਅਤੇ ਫਿਰ ਮੈਂ ਕਿਹਾ ਚਲੋ ਅੱਜ ਟਿਊਸ਼ਨ ਦੀ ਤਾਂ ਹੈਗੀ ਬੱਚਿਆਂ ਦੀ ਛੁੱਟੀ, ਅਤੇ ਮੈਂ ਥੋੜ੍ਹਾ ਜਿਹਾ ਆਹ ਕੰਮ ਕਰ ਰਹੀ ਸੀਗੀ, ਇਸ 'ਤੇ ਮੈਂ ਕਰ ਰਹੀ ਸੀਗੀ ਕਟਿੰਗ ਕਰ ਰਹੀ ਸੀਗੀ ਰੀਲਾਂ ਮੰਗਾਉਣ ਵਾਸਤੇ, ਹੈ ਨਾ, ਥੋੜ੍ਹੀ ਜਿਹੀ ਕਟਿੰਗ ਕਰ ਰਹੀ ਸੀਗੀ, ਕਿਉਂਕਿ ਉਸ ਦਿਨ ਫਿਰ ਮੈਨੂੰ ਧੁੱਪ ਚੜ੍ਹ ਰਹੀ ਸੀਗੀ, ਫਿਰ ਮੈਂ ਲੈ ਕੇ ਨਹੀਂ ਆਈਗੀ। ਅਤੇ ਹੁਣ ਮੈਂ ਕਿਹਾ ਚਲੋ ਕਾਤਰਾ ਕੱਟ ਕੇ ਸਾਰੀਆਂ ਰੱਖ ਲੈਂਦੀ ਹਾਂ। ਅਤੇ ਇਹ ਵਾਲਾ ਜਿਹੜਾ ਮੇਰਾ ਸੂਟ ਹੈ ਅਤੇ ਇਸ ਨਾਲ ਸਲਵਾਰ ਹੈਗੀ ਹੈ ਨਾ ਡੋਟ ਵਾਲੀ, ਜਿਵੇਂ ਕੱਲ੍ਹ ਵਲੋਗ ਦੇ ਵਿੱਚ ਪੂਰੀ ਦਿਖ ਨਹੀਂ ਰਹੀ ਸੀਗੀ, ਅਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ ਵੀ ਇਹ ਕਿਹੋ ਜਿਹਾ ਡੋਟ ਬਣੇ ਹੋਏ ਆ ਇਸ 'ਤੇ, ਹੈ ਨਾ, ਅਤੇ ਇਹ ਪੀਲੇ ਰੰਗ ਅਤੇ ਲਾਲ ਰੰਗ ਦੇ ਛੋਟੇ ਛੋਟੇ ਡੋਟ ਬਣੇ ਹੋਏ ਆ, ਅਤੇ ਇੱਦਾਂ ਦੀ ਮੈਨੂੰ ਬਹੁਤ ਪਸੰਦ ਆਉਂਦਾ ਆ। ਅਤੇ ਸ਼ੁਰੂ ਤੋਂ ਹੀ ਮੈਨੂੰ ਇਹ ਜਿਹੜਾ ਪ੍ਰਿੰਟ ਆ ਬੜਾ ਪਸੰਦ ਹੈ, ਤੁਹਾਨੂੰ ਮੈਂ ਦੱਸਦੀ ਹਾਂ ਕਿ ਇਹਨੂੰ ਦੇਖ ਕੇ ਮੈਨੂੰ ਨਾ ਇੱਕ ਬਚਪਨ ਦੀ ਗੱਲ ਯਾਦ ਆ ਗਈ ਵੀ ਮੈਂ ਜਦੋਂ ਛੋਟੀ ਹੁੰਦੀ ਸੀਗੀ ਅਤੇ ਮੇਰੇ ਕੋਲ ਵਾਈਟ ਕਲਰ ਦੇ ਉੱਤੇ ਲਾਲ ਜਿੱਦਾਂ ਬਿੰਦੀਆਂ ਵਾਲਾ ਨਾ ਸੂਟ ਸੀਗਾ, ਅਤੇ ਉਦੋਂ ਜਿੱਦਾਂ ਫਰੋਕ ਟਾਈਪ ਸੀਗਾ, ਅਤੇ ਫਰੋਕ ਟਾ ਉਹਦੇ ਵਿੱਚ ਲਾਸਟਿਕ ਪਾ ਕੇ ਬਣਾਇਆ ਹੋਇਆ ਸੀਗਾ, ਅਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਸੀਗਾ। ਅਤੇ ਮੈਂ ਜਦੋਂ ਮੈਂ ਉਹ ਸੂਟ ਥੋੜ੍ਹਾ ਘੱਸ ਗਿਆ ਅਤੇ ਮੇਰੇ ਨਾਨੀ ਜੀ ਨੇ ਜਿਵੇਂ ਸਾਡੇ ਉੱਥੇ ਕੰਮ ਕਰਨ ਵਾਲੇ ਲੱਗੇ ਹੋਏ ਸੀ ਉਹਨਾਂ ਦੇ ਬੱਚਿਆਂ ਨੂੰ ਦੇ ਤਾ, ਹੈ ਨਾ, ਅਤੇ ਜਦੋਂ ਮੈਨੂੰ ਸਕੂਲ ਤੋਂ ਆ ਕੇ ਪਤਾ ਲੱਗਿਆ ਮੈਂ ਆਪਦਾ ਸੂਟ ਲੱਭਾਂ, ਅਤੇ ਨਾਨੀ ਜੀ ਕਹਿੰਦੇ ਮੈਂ ਤਾਂ ਵੀ ਪੁੰਨਦਾਨ ਕਰਤਾ, ਅਤੇ ਮੈਂ ਬੜਾ ਗੁੱਸੇ ਹੋਈ, ਮੈਂ ਕਿਹਾ ਉਹ ਤਾਂ ਮੇਰਾ ਸਭ ਤੋਂ ਜ਼ਿਆਦਾ ਪਸੰਦ ਵਾਲਾ ਸੂਟ ਸੀ, ਤੁਸੀਂ ਕਿਉਂ ਦਿੱਤਾ, ਕਿਉਂਕਿ ਬਚਪਨ ਦੇ ਵਿੱਚ ਇਹਦਾ ਪਤਾ ਨਹੀਂ ਹੁੰਦਾ ਸੀਗਾ, ਹੈ ਨਾ, ਵੀ ਇੱਦਾਂ ਕਿਸੇ ਨੂੰ ਚੱਲ ਦੇ ਦੇਈਦਾ, ਹੈ ਨਾ। ਅਤੇ ਮੈਂ ਕਿਹਾ ਨਹੀਂ, ਮੈਨੂੰ ਤਾਂ ਵਾਪਸ ਮੜਾ ਕੇ ਲਿਆ ਕੇ ਦਿਓ, ਮੈਂ ਤਾਂ ਪਾਉਣਾ ਆ, ਮੈਨੂੰ ਤਾਂ ਬਹੁਤ ਸ਼ੌਂਕ ਹੈ, ਹੈ ਨਾ। ਅਤੇ ਫਿਰ ਨਾਨੀ ਕਹਿੰਦੇ ਨਹੀਂ, ਮੈਂ ਉੱਦਾਂ ਦੇ ਪ੍ਰਿੰਟ ਦਾ ਹੋਰ ਸਵਾ ਦਿਓ, ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਉਹੀ ਪਾਉਣਾ ਆ। ਅਤੇ ਲਿਆਉਣਾ ਤਾਂ ਫਿਰ ਕੀ ਸੀਗਾ, ਹੈ ਨਾ, ਜਦੋਂ ਕਿਸੇ ਨੂੰ ਦੇ ਹੀ ਦਿੱਤਾ ਫਿਰ ਮੈਨੂੰ ਬੜਾ ਮਨਾਇਆ ਮੁਨਾਇਆ, ਤਾਂ ਮੈਂ ਕਹਿੰਦੀ ਵੀ ਬਿਨਾਂ ਬੜਾ ਪਸੰਦ ਵਾਲਾ ਸੀਗਾ, ਅਤੇ ਆਹ ਵੀ ਮੈਨੂੰ ਬਹੁਤ ਵਧੀਆ ਲੱਗਿਆ। ਚਲੋ ਇੱਕ ਬਚਪਨ ਦੀ ਗੱਲ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੀ, ਜਦੋਂ ਆਪਾਂ ਬੱਚੇ ਹੁੰਦੇ ਹਾਂ ਨਿਆਣੇ ਹੁੰਦੇ ਹਾਂ ਆਪਾਂ ਨੂੰ ਸਮਝ ਨਹੀਂ ਹੁੰਦੀ ਨਾ ਆਪਾਂ ਕਿਵੇਂ ਜਿੱਦ ਕਰੀਦੀ ਆ, ਅਤੇ ਹੁਣ ਜਦੋਂ ਆਪਦੇ ਬੱਚੇ ਕਿਤੇ ਜਿੱਦ ਕਰਦੇ ਤਾਂ ਫਿਰ ਗੁੱਸਾ ਆ ਜਾਂਦਾ ਹੈ ਵੀ ਇੱਦਾਂ ਕਿਉਂ ਕਰ ਰਹੇ ਆ, ਹਾਲਾਂਕਿ ਦੇਖਿਆ ਜਾਵੇ ਤਾਂ ਉਦੋਂ ਇੰਨਾ ਕੀ ਦਿਮਾਗ ਹੁੰਦਾ, ਇੰਨੀ ਕੀ ਸਮਝ ਹੁੰਦੀ ਆ, ਹੈ ਨਾ। ਅਤੇ ਚਲੋ ਜੀ ਇਹ ਸਾਰੇ ਮੈਂ ਜਿਹੜੇ ਸੀਗੇ ਉਹ ਕਟਿੰਗ ਕਰਕੇ ਰੱਖ ਰਹੀ ਸੀਗੀ,
ਅਤੇ ਵਧੀਆ ਨਾ ਵੀ ਫਿਰ ਹੌਲੀ ਹੌਲੀ ਕਰਕੇ ਸਿਉਂਤੇ ਜਾਂਦੇ ਆ। ਅਤੇ ਹਾਲਾਂਕਿ ਆਪਣੇ ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਨਾ ਸਿਉਣ ਦਾ, ਪਹਿਲਾਂ ਤਾਂ ਮੈਂ ਬਹੁਤ ਵੀ ਸੀ ਲੈਂਦੀ ਹੁੰਦੀ ਸੀ ਸਾਰੇ ਕੰਮ, ਮੈਂ ਜਿਹੜੇ ਪੇਂਟਿੰਗ ਕਰੋਸ਼ੀਆ ਅਤੇ ਸਿਲਾਈ ਦਾ ਅਤੇ ਹੋਰ ਮੈਂ ਕੰਮ ਸਿੱਖਿਆ ਹੋਇਆ ਜੀ ਕਢਾਈ ਦਾ, ਠੀਕ ਹੈ, ਇਹ ਸਾਰੇ ਮੈਂ ਕੰਮ ਜਿਹੜੇ ਆ ਸਿੱਖੇ ਹੋਏ ਆ। ਹਜੇ ਦਰੀਆਂ ਦਾ ਕੰਮ ਜਿਹੜਾ ਮੈਂ ਨਹੀਂ ਸਿੱਖਿਆ ਸੀ, ਮਤਲਬ ਇੱਕ ਅੱਧੀ ਬਣਾਈ ਸੀ, ਕੋਈ ਖਾਸ ਨਹੀਂ ਸਿੱਖਿਆ ਸੀਗਾ, ਬਾਕੀ ਕੰਮ ਮੈਂ ਬਹੁਤ ਸ਼ੌਂਕ ਨਾਲ ਸਿੱਖੇ ਹੋਏ ਆ। ਅਤੇ ਸਿਲਾਈ ਤਾਂ ਮੈਂ ਬਹੁਤ ਕਰਦੀ ਰਹੀ ਹਾਂ, ਅਤੇ ਬਸ ਹੁਣ ਥੋੜ੍ਹਾ ਜਿਹਾ ਇੰਨਾ ਹੈ ਕਿ ਮੇਰੇ ਕੋਲ ਟਾਈਮ ਵੀ ਘੱਟ ਰਹਿ ਜਾਂਦਾ ਆ, ਹੈ ਨਾ, ਟਿਊਸ਼ਨਸ ਵਗੈਰਾ ਬੱਚਿਆਂ ਨੂੰ ਪੜ੍ਹਾਉਂਦੀ ਕਰਕੇ ਕੁਛ ਮੇਰੇ ਸਰਵਾਈਕਲ ਦੀ ਪ੍ਰੋਬਲਮ ਹੋ ਜਾਂਦੀ ਜੇ ਜ਼ਿਆਦਾ ਮੈਂ ਸਿਲਾਈ ਦਾ ਕੰਮ ਕਰਾਂ, ਅਤੇ ਇਸ ਕਰਕੇ ਮੈਂ ਘੱਟ ਹੀ ਕਰਦੀ ਹੁੰਦੀ ਹਾਂ। ਅਤੇ ਇਹ ਹੈਗਾ ਜੀ ਮੇਰੀ ਕਢਾਈ ਵਾਲੀ ਮਸ਼ੀਨ, ਅਤੇ ਉਸਦੇ ਜਿਹੜੇ ਪੈਰ ਹੁੰਦੇ ਆ ਨਾ ਉਹ ਵਾਲੇ ਆ, ਇਹ ਬਾਹਰ ਕੱਢੇ ਸੀਗੇ, ਇਸ ਨੂੰ ਕਰ ਰਹੀ ਸੀ ਸਫਾਈ। ਅਤੇ ਇਹ ਮੈਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਢਾਈ ਵੀ ਸਿੱਖੀ ਹੋਈ ਹੈ ਅਤੇ ਮੈਂ ਬੜੇ ਸ਼ੌਂਕ ਨਾਲ ਸਿੱਖੀ ਸੀਗੀ, ਅਤੇ ਮੈਂ ਕਿਸੇ ਦਿਨ ਤੁਹਾਡੇ ਨਾਲ ਸ਼ੇਅਰ ਵੀ ਕਰੂੰਗੀ ਕਿ ਮੈਂ ਕੀ ਕੱਢਿਆ ਸੀਗਾ। ਹਾਲਾਂਕਿ ਜਿਹੜੇ ਸੂਟ ਵਗੈਰਾ ਕੱਢੇ ਸੀਗੇ ਉਹ ਤਾਂ ਆਪਾਂ ਹੰਢਾ ਲਏ ਸਾਰੇ, ਹੈ ਨਾ, ਹੁਣ ਕੋਈ ਵੀ ਸੂਟ ਮੇਰੇ ਕੋਲ ਹੈ ਨਹੀਂ ਕੱਢਿਆ ਹੋਇਆ, ਕਿਉਂਕਿ ਕਾਫੀ ਟਾਈਮ ਹੋ ਗਿਆ, 15-16 ਸਾਲ ਹੋ ਗਏ ਉਦੋਂ ਮੈਂ ਕੱਢੇ ਸੀਗੇ। ਉਸ ਤੋਂ ਬਾਅਦ ਬਸ ਮੈਂ ਸਕੂਲ ਜੁਆਇਨ ਕਰ ਲਿਆ ਸੀਗਾ, ਅਤੇ ਉਸ ਤੋਂ ਬਾਅਦ ਬਸ ਮੈਂ ਟਿਊਸ਼ਨ ਪੜ੍ਹਾਉਣ ਲੱਗ ਗਈ ਜਦੋਂ ਘਰ ਰਹੀ। ਅਤੇ ਫਿਰ ਹੁਣ ਤੁਹਾਨੂੰ ਐਂ ਪਤਾ ਹੈ ਵੀ ਮੰਮੀ ਵੀ ਬਜ਼ੁਰਗ ਹੋ ਗਏ, ਇੰਨਾ ਕੰਮ ਨਹੀਂ ਹੁੰਦਾ, ਅਤੇ ਘਰ ਦੀ ਲਾਈਫ ਜਿਹੜੀ ਆ ਬਿਜ਼ੀ ਹੋ ਗਈ, ਅਤੇ ਇਸ ਕਰਕੇ ਬਸ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਢਾਈ ਕਰਨ ਦਾ। ਅਤੇ ਪਰ ਮੈਂ ਮਸ਼ੀਨ ਬਹੁਤ ਸੰਭਾਲ ਕੇ ਰੱਖੀ ਹੋਈ ਹੈ, ਇਹ ਦੇਖੋ ਜੀ ਗੋਡਾ ਲੱਗਿਆ ਹੋਇਆ ਜਿਸ ਨਾਲ ਕਢਾਈ ਦੀ ਚੜਾਈ ਹੈ ਨਾ ਵਧਾਉਣੀ ਘਟਾਉਣੀ ਹੋਵੇ ਅਤੇ ਉਸ ਵਾਸਤੇ ਆ। ਅਤੇ ਫੱਟਾ ਵੀ ਬਹੁਤ ਵਧੀਆ ਡਿਜ਼ਾਈਨ ਦਾ ਬਣਿਆ ਹੋਇਆ ਆ, ਅਤੇ ਮੈਂ ਬੜਾ ਵੈਸੇ ਤਾਂ ਢੱਕ ਕੇ ਰੱਖੀ ਹੋਈ ਸੀਗੀ, ਹੁਣ ਮੈਨੂੰ ਕਰ ਰਹੀ ਸੀਗੀ ਸਾਫ਼, ਕਿਉਂਕਿ ਮੇਰੇ ਨਨਾਣ ਕਹਿ ਰਹੇ ਸੀਗੇ ਵੀ ਚਲੋ ਵੀ ਮੈਂ ਸੂਟ ਸੀਂ ਦੂੰਗੀ ਅਤੇ ਤੁਸੀਂ ਆਹ ਭੇਜ ਦਿਓ, ਕਿਉਂਕਿ ਤਾਂ ਸੌਖੇ ਸੀਂਦੇ ਜਾਂਦੇ ਨਾ। ਅਤੇ ਆਹ ਹੈਗੀ ਹੈ ਜੀ ਮੇਰੀ ਕਢਾਈ ਵਾਲੀ ਮਸ਼ੀਨ, ਬਿਲਕੁਲ ਨਵੀਂ ਪਈ ਆ, ਇਹ ਹੈਗੀ ਹੈ ਪੂਨਮ ਕੰਪਨੀ ਦੀ ਆ, ਅਤੇ ਬਹੁਤ ਵਧੀਆ ਹੈ ਮਜ਼ਬੂਤ, ਅਤੇ ਮੈਂ ਬੜੇ ਸ਼ੌਂਕ ਨਾਲ ਰੱਖੀ ਹੋਈ ਹੈ ਸਾਂਭ ਕੇ। ਅਤੇ ਹਾਂਜੀ ਇੱਥੇ ਫਿਰ ਮੈਂ ਲੱਗ ਗਈ ਸੀਗੀ ਕੁਛ ਲੈਸਾਂ ਵਗੈਰਾ ਜਿਹੜੀਆਂ ਸੀ ਮੇਰੇ ਕੋਲ ਪਈਆਂ ਉਹ ਕੱਢਣ ਲੱਗ ਗਈ ਸੀਗੀ, ਕਿਉਂਕਿ ਮੇਰੇ ਕੋਲ ਕਾਫੀ ਟਾਈਮ ਦੀਆਂ ਪਈਆਂ ਸੀਗੀਆਂ, ਅਤੇ ਮੈਂ ਕਿਹਾ ਚਲੋ ਇਹ ਵੀ ਭੇਜ ਦੂੰਗੀ, ਇਹ ਵੀ ਕੰਮ ਆ ਜਾਣਗੀਆਂ, ਕਿਉਂਕਿ ਪਈਆਂ ਪਈਆਂ ਤਾਂ ਫਿਰ ਬੋਦੀਆਂ ਜਿਹੀਆਂ ਹੋ ਜਾਂਦੀਆਂ, ਖਰਾਬ ਹੀ ਹੋ ਜਾਂਦੀਆਂ, ਹੈ ਨਾ। ਅਤੇ ਕਈ ਪੀਸ ਜਿਹੜੇ ਪਏ ਸੀਗੇ ਅਤੇ ਐਵੇਂ ਛੋਟੇ ਛੋਟੇ ਜਿਵੇਂ ਰੈਡੀਮੇਡ ਵੀ ਆਪਾਂ ਲੈਂਦੇ ਹਾਂ ਅਤੇ ਐਵੇਂ ਪੈਚ ਜਿਹਾ ਬਣਾ ਕੇ ਲੈਸਾਂ ਬਣਾ ਕੇ ਡਿਜ਼ਾਈਨ ਬਣਾ ਹੀ ਦਿੰਦੇ ਆ, ਅਤੇ ਮੈਂ ਕਿਹਾ ਚਲੋ ਇਹ ਵੀ ਮੈਂ ਨਾਲ ਹੀ ਭੇਜ ਦੂੰਗੀ। ਅਤੇ ਹਾਂਜੀ ਅੱਜ ਵਾਲਾ ਵਲੋਗ ਆਪਾਂ ਹੁਣ ਕਰਾਂਗੇ ਐਂਡ ਜੀ। ਅੱਜ ਵਾਲਾ ਵਲੋਗ ਤੁਹਾਨੂੰ ਥੋੜ੍ਹਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ, ਤੁਹਾਡਾ ਦੁਬਾਰਾ ਫੇਰ ਥੈਂਕ ਯੂ ਕਰਦੀ ਹਾਂ, ਬਹੁਤ ਖੁਸ਼ੀ ਹੋਈ ਵੀ ਤੁਸੀਂ ਆਪਣਾ ਇੰਨਾ ਸਪੋਰਟ ਕੀਤਾ ਕਿ ਆਪਾਂ 1000 ਸਬਸਕ੍ਰਾਈਬਰ ਤੱਕ ਪਹੁੰਚ ਗਏ, ਅਤੇ ਅੱਗੇ ਵੀ ਤੁਸੀਂ ਐਂ ਹੀ ਸਪੋਰਟ ਕਰਦੇ ਰਹਿਣਾ ਤਾਂ ਕਿ ਤੁਹਾਡੇ ਸੰਯੋਗ ਨਾਲ ਆਪਾਂ ਹੋਰ ਅੱਗੇ ਵੱਧ ਸਕੀਏ ਜੀ। ਅਤੇ ਇੱਥੇ ਲਓ ਜੀ ਆਪਾਂ ਹੁਣ ਮੈਂ ਸਾਰੀਆਂ ਲੈਸਾਂ ਵਗੈਰਾ ਜਿਹੜੀਆਂ ਸੀਗੀਆਂ ਉਹ ਦੇਖ ਲਈਆਂ ਸੀਗੀਆਂ, ਪੀਸ ਸੀਗੇ ਜ਼ਿਆਦਾ ਵੱਡੀਆਂ ਤਾਂ ਹੈ ਨਹੀਂ ਸੀਗੀਆਂ, ਪਰ ਇਹ ਜਿਹੜੇ ਪੀਸਿਸ ਹੁੰਦੇ ਆ ਇਹਨਾਂ ਨਾਲ ਵੀ ਬਹੁਤ ਸੋਹਣੇ ਡਿਜ਼ਾਈਨ ਬਣ ਜਾਂਦੇ ਆ ਜੇ ਆਪਣੇ ਕੋਲ ਟਾਈਮ ਹੈਗਾ ਆ, ਅਤੇ ਤਾਂ ਕਰਕੇ ਆਪਾਂ ਬਹੁਤ ਸੋਹਣੇ ਡਿਜ਼ਾਈਨ ਜਿਹੜੇ ਬਣਾ ਸਕਦੇ ਹਾਂ। ਪਹਿਲਾਂ ਮੈਂ ਬਹੁਤ ਸ਼ੌਂਕ ਨਾਲ ਸਾਰੇ ਡਿਜ਼ਾਈਨ ਗਲੇ ਵਗੈਰਾ ਦੇ ਬਹੁਤ ਬਣਾਉਂਦੀ ਹੁੰਦੀ ਸੀਗੀ, ਸ਼ੌਂਕ ਮੈਨੂੰ ਹਜੇ ਵੀ ਹੈਗਾ, ਪਰ ਮੇਰੇ ਕੋਲ ਹੁਣ ਇੰਨਾ ਜਿਹੜਾ ਹੁੰਦਾ ਨੀਗਾ, ਹੈ ਨਾ, ਕੁਛ ਤਾਂ ਟਾਈਮ ਦੀ ਸ਼ੋਰਟੇਜ ਹੁੰਦੀ ਆ, ਕੁਛ ਹੈਲਥ ਪ੍ਰੋਬਲਮ ਇਹ ਹੁੰਦੀਆਂ ਵੀ ਆਪਾਂ ਜ਼ਿਆਦਾ ਟਾਈਮ ਮਸ਼ੀਨ 'ਤੇ ਬੈਠ ਨਹੀਂ ਸਕਦੇ ਗੇ, ਫਿਰ ਸਿਲਾਈ ਵਾਸਤੇ ਤਾਂ ਪੂਰਾ ਆਪਾਂ ਨੂੰ ਜਿਹੜਾ ਆ
ਮਸ਼ੀਨ 'ਤੇ ਕਾਫੀ ਘੰਟੇ ਜਿਹੜੇ ਬਿਤਾਉਣੇ ਪੈਂਦੇ ਆ, ਤਾਂ ਹੀ ਜਾ ਕੇ ਸੂਟ ਸੋਹਣੇ ਬਣਦੇ ਆ। ਚਲੋ ਜੀ, ਹੁਣ ਆਪਾਂ ਕਰਾਂਗੇ ਵਲੋਗ ਦਾ ਐਂਡ। ਮਿਲਾਂਗੇ ਕੱਲ੍ਹ ਨੂੰ ਇੱਕ ਨਵੇਂ ਵਲੋਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੱਸਦੇ ਵਸਦੇ ਰਹੋ ਜੀ।